ਹੁਣ ਕਈ ਵੀਰ ਸਾਡੇ ਕਹਿਣਗੇ ਜਦੋਂ ਪਿੰਡਾਂ 'ਚ ਜਾਂਦੇ ਕਿ ਸਾਡੀ ਕੁੰਡੀ ਫੜ ਲਈ, ਕਦੀ ਬਾਦਲ ਸਾਹਿਬ ਦੇ ਰਾਜ 'ਚ ਕੁੰਡੀ ਫੜੀ ਸੀ, ਤੇ ਜਦੋਂ ਹੁਣ ਸਾਡੇ ਵਾਲੀ ਤਾਰ ਤੁਸੀਂ ਲਾ ਕੇ ਕੋਠੇ 'ਤੇ ਰੱਖਦੇ ਤਾਂ ਤੁਹਾਡੇ ਵਾਲੀ ਕੁੰਡੀ ਕਿਵੇਂ ਲੱਗੀ ਰਹੀ? ਜੇ ਕੁੰਡੀ ਲਾਉਣੀ ਆ ਤੇ ਇੱਧਰ ਕੁੰਡੀ ਜੋੜਨੀ ਪੈਣੀ ਹੈ, ਚੀਕਾਂ ਵੱਜੀਆਂ ਪਈਆਂ। ਸੋ ਮੈਂ ਹੁਣ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਕੁਝ ਦਿਨ ਪਹਿਲਾਂ ਅਕਾਲੀ ਦਲ ਦੇ ਸਾਬਕਾ MLA ਵਿਰਸਾ ਸਿੰਘ ਬਿਲਟੋਹਾ ਦੇ ਘਰੋਂ ਕੁੰਡੀ ਫੜਨ ਦਾ ਮਾਮਲਾ ਸਾਹਮਣੇ ਆਇਆ ਸੀ, ਤੇ ਜਿਸ ਵਿੱਚ ਬਿਜਲੀ ਬੋਰਡ ਵਾਲਿਆਂ ਨੇ ਉਹਨਾਂ ਨੂੰ 1,56,000 ਤੋਂ ਵੱਧ ਦਾ ਜੁਰਮਾਨਾ ਪਾਇਆ ਸੀ। ਤੇ ਹੁਣ ਵਿਰਸਾ ਸਿੰਘ ਬਿਲਟੋਹਾ ਦੀ ਇੱਕ ਹੋਰ ਵੀਡੀਓ ਸਾਹਮਣੇ ਆ ਰਹੀ ਹੈ, ਜਿਸ ਵਿੱਚ ਉਹ ਕੁੰਡੀ ਲਾਉਣ ਬਾਰੇ ਕਹਿ ਰਹੇ ਨੇ। ਕਦੀ ਬਾਦਲ ਸਾਹਿਬ ਦੇ ਰਾਜ ਕੁੰਡੀ ਫੜੀ ਸੀ, ਤੇ ਜਦੋਂ ਹੁਣ ਸਾਡੇ ਵਾਲੀ ਤਾਰ ਤੁਸੀਂ ਲਾ ਕੇ ਕੋਠੇ 'ਤੇ ਰੱਖਦੇ ਤਾਂ ਤੁਹਾਡੇ ਵਾਲੀ ਕੁੰਡੀ ਕਿਵੇਂ ਲੱਗੀ ਰਹੀ? ਜੇ ਕੁੰਡੀ ਲਾਉਣੀ ਆ ਤੇ ਇੱਧਰ ਕੁੰਡੀ ਜੋੜਨੀ ਪੈਣੀ ਹੈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਮਾਮਲੇ ਤੇ ਬਲਟੋਹਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਿਆਸੀ ਰੰਜਿਸ਼ਾਂ ਦੇ ਵਿੱਚ ਫਸਾਇਆ ਜਾ ਰਿਹਾ ਹੈ। ਤੇ ਹੁਣ ਪੱਟੀ ਤੋਂ ਕਾਂਗਰਸ ਵਿਧਾਇਕ ਸੁਖਪਾਲ ਭੁੱਲਰ ਅਤੇ ਬਲਟੋਹਾ ਦੇ ਵਿਚਕਾਰ ਕੰਟਰੋਵਰਸੀ ਹੋਰ ਤੇਜ਼ ਹੋ ਗਈ ਹੈ। ਹੁਣ ਕਈ ਵੀਰ ਸਾਡੇ ਕਹਿਣਗੇ ਜਦੋਂ ਪਿੰਡਾਂ 'ਚ ਜਾਂਦੇ ਕਿ ਸਾਡੀ ਕੁੰਡੀ ਫੜ ਲਈ, ਕਦੀ ਬਾਦਲ ਸਾਹਿਬ ਦੇ ਰਾਜ 'ਚ ਕੁੰਡੀ ਫੜੀ ਸੀ, ਤੇ ਜਦੋਂ ਹੁਣ ਸਾਡੇ ਵਾਲੀ ਤਾਰ ਤੁਸੀਂ ਲਾ ਕੇ ਕੋਠੇ 'ਤੇ ਰੱਖਦੇ ਤਾਂ ਤੁਹਾਡੇ ਵਾਲੀ ਕੁੰਡੀ ਕਿਵੇਂ ਲੱਗੀ ਰਹੀ? ਜੇ ਕੁੰਡੀ ਲਾਉਣੀ ਆ ਤੇ ਇੱਧਰ ਕੁੰਡੀ ਜੋੜਨੀ ਪੈਣੀ ਹੈ, ਚੀਕਾਂ ਵੱਜੀਆਂ ਪਈਆਂ। ਸੋ ਮੈਂ ਹੁਣ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਇੱਕ ਸੋਸ਼ਲ ਮੀਡੀਆ 'ਤੇ ਖੇਮਕਰਨ ਦੇ ਮੌਜੂਦਾ ਵਿਧਾਇਕ ਸੁਖਪਾਲ ਭੁੱਲਰ ਦੀ ਇੱਕ ਵੀਡੀਓ ਦੇਖੀ ਹੈ। ਹੁਣ ਸਪਸ਼ਟੀਕਰਨ ਦੇਣ ਦੀ ਕੀ ਲੋੜ ਪੈ ਗਈ? ਤੈਨੂੰ ਹੁਣ ਲੋਕਾਂ ਨੂੰ ਇਹ ਦੱਸਣ ਦੀ ਲੋੜ ਕੀ ਪੈ ਗਈ ਕਿ ਬਲਟੋਹਾ ਸਾਹਿਬ ਦੇ ਦਫ਼ਤਰ ਦੇ ਉੱਤੇ ਮੈਂ ਛਾਪੇਮਾਰੀ ਨਹੀਂ ਕਰਵਾਈ, ਇਹ ਉੱਪਰੋਂ ਹੋਈ ਹੈ? ਕਿਉਂਕਿ ਤੇਰੀ ਇਸ ਗੰਦੀ ਕਰਤੂਤ ਕਰਕੇ, ਤੇਰੀ ਇਸ ਮਾੜੀ ਹਰਕਤ ਕਰਕੇ ਅੱਜ ਤੈਨੂੰ ਵਿਧਾਨ ਸਭਾ ਹਲਕਾ ਖੇਮਕਰਨ ਦੇ ਲੋਕ ਹੀ ਨਹੀਂ, ਤੈਨੂੰ ਕਾਂਗਰਸੀ ਵਿਲਾਣਤਾ ਪਾਉਂਦੇ ਆ। ਮੈਨੂੰ ਤਾਂ ਇਸ ਤੱਕ ਪਤਾ ਲੱਗਾ ਕਿ ਤੇਰੇ ਪਿਓ ਨੇ ਵੀ ਤੇਰੀ ਇਸ ਹਰਕਤ ਦਾ ਵਿਰੋਧ ਕੀਤਾ, ਅਤੇ ਤੂੰ ਕਹਿੰਦਾ ਕਿ ਤੂੰ ਛਾਪੇਮਾਰੀ ਨਹੀਂ ਕਰਵਾਈ। ਵਿਧਾਨ ਸਭਾ ਹਲਕਾ ਖੇਮਕਰਨ ਦੇ 5 ਥਾਣਿਆਂ ਦੀ ਪੁਲਿਸ, 5 ਥਾਣਿਆਂ ਦੇ SHO, ਤੂੰ ਛਾਪੇਮਾਰੀ ਤੋਂ ਪਹਿਲਾਂ ਆਪਦੇ ਘਰ ਇਕੱਠੇ ਕੀਤੇ, ਘਰੋਂ ਜਮਾਵੜਾ ਬਣਾ ਕੇ ਤੂੰ ਮੇਰੇ ਦਫ਼ਤਰ 'ਤੇ ਘੱਲੇ। ਉਹ ਦਫ਼ਤਰ ਜਿਹੜਾ ਪਿਛਲੇ 3 ਸਾਲਾਂ ਤੋਂ ਬੰਦ ਹੈ, ਜਿੱਥੇ ਕਿਸੇ ਤਰ੍ਹਾਂ ਦੀ ਕੋਈ ਬਿਜਲੀ ਦੀ ਕੰਜਮਸ਼ਨ ਨਹੀਂ, ਕੋਈ ਖਪਤ ਨਹੀਂ, ਕੋਈ ਵਰਤੋਂ ਨਹੀਂ ਹੋ ਰਹੀ। ਅਤੇ ਜਦੋਂ ਦਫ਼ਤਰ ਚੱਲਦਾ ਸੀ, ਜਦੋਂ ਉੱਥੇ ਖਪਤ ਹੁੰਦੀ ਸੀ, ਉਦੋਂ ਬਿੱਲ ਵੀ ਭਰਦੇ ਸੀ, ਉਦੋਂ ਮੀਟਰ ਵੀ ਚੱਲਦਾ ਸੀ। ਪਰ ਜਿਹੜੀਆਂ ਮਾੜੀਆਂ ਹਰਕਤਾਂ 'ਤੇ ਤੁਸੀਂ ਆ ਗਏ ਜੇ, ਰਾਜਨੀਤੀ ਕਰੋ, ਜੰਮ ਜੰਮ ਕੇ ਕਰੋ, ਮੈਨੂੰ ਤੁਸੀਂ ਮੇਰੇ ਤੁਸੀਂ ਖਾਨਦਾਨ ਦੇ ਤੱਕ ਤੁਸੀਂ ਗਿਣਦੇ ਜੇ। ਮੈਂ ਕਿਹਦੇ ਨੂੰ ਕਿਹਾ? ਮੈਂ ਤਾਂ ਹਮੇਸ਼ਾ ਕਹਿੰਦਾ ਕਿ ਮੈਂ ਮਾਦਰ ਕਿਸਾਨ ਦਾ ਪੁੱਤ ਹੈ। ਮੈਂ ਕਦੇ ਨਹੀਂ ਕਿਹਾ ਕਿ ਮੈਂ ਅੰਗਰੇਜ਼ਾਂ ਦੇ ਟਾਊਟ ਕਿਸੇ ਜਾਇਦਾਦ ਦੇ ਪਰਿਵਾਰ ਦਾ ਪੁੱਤ ਹੈ। ਜਿਸ ਤਰ੍ਹਾਂ ਤੁਸੀਂ ਅੰਗਰੇਜ਼ਾਂ ਦੇ ਟਾਈਮ ਟੁੱਟੀ ਕਰਦੇ ਰਹੇ ਜੇ ਨਾ, ਤੇਰਾ ਪਰਿਵਾਰ ਟੁੱਟੀ ਕਰਦਾ ਰਿਹਾ ਅਤੇ ਜਾਇਦਾਰ ਬਣਿਆ ਅੰਗਰੇਜ਼ਾਂ ਦਾ, ਅਤੇ ਜਾਇਦਾਰੀਆਂ ਨੂੰ ਵਿਰਸਾ ਸਿੰਘ ਬਲਟੋਹਾ ਨੇ 14 ਸਾਲ ਸਿਰ ਨਹੀਂ ਚੁੱਕਣ ਦਿੱਤਾ। 14 ਸਾਲ ਹਰੇਕ ਇਲੈਕਸ਼ਨ ਦੇ ਵਿੱਚ ਤੁਹਾਡੇ ਵਰਗੇ ਵੱਡੇ ਜਾਇਦਾਰਾਂ ਨੂੰ ਵਿਰਸਾ ਸਿੰਘ ਬਲਟੋਹਾ ਨੇ ਉਸ ਵਾਹਿਗੁਰੂ ਦੀ ਕਿਰਪਾ ਨਾਲ ਅਤੇ ਹਲਕੇ ਦੀ ਸੰਗਤ ਦੇ ਸਹਿਯੋਗ ਨਾਲ ਹਰਾਇਆ। ਜਿਹੜਾ ਤੂੰ ਹੁਣ ਕਹਿੰਦਾ ਕਿ ਮੈਂ 2017 ਦੀ ਵਿਧਾਨ ਸਭਾ ਜਿੱਤ ਗਿਆ, ਤੂੰ ਨਹੀਂ ਜਿੱਤਿਆ, ਹਾਲਾਤ ਬਣ ਗਏ, ਤੇਰਾ ਦਾਅ ਲੱਗ ਗਿਆ। ਪਰ ਮੈਂ ਤੈਨੂੰ ਪੁੱਛਣਾ ਚਾਹੁੰਦਾ ਹਾਂ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਕੁਛ ਹਲਕੇ ਵਾਸਤੇ ਕੀਤਾ ਜੀ? ਕੀ ਸਵਾਰਿਆ ਜੀ ਹਲਕੇ ਦਾ? ਬਾਂ ਬਾਂ ਹੋਈ ਪਈ ਆ, ਲੋਕਾਂ ਦੀਆਂ ਚੀਕਾਂ ਵੱਜਣ ਡੀਆਂ ਨੇ। ਔਰ ਮੇਰਾ ਇੱਕੋ ਸਵਾਲ ਹੈ ਤੈਨੂੰ, ਤੂੰ ਆਪਣੀ 3 ਸਾਲਾਂ ਦੀ ਇੱਕ ਪ੍ਰਾਪਤੀ ਗਿਣਾ ਦੇ, ਇੱਕ ਕੰਮ ਗਿਣਾ ਦੇ। ਪਰ ਦੂਜੇ ਪਾਸੇ ਤੂੰ ਮੇਰੇ ਵੱਲੋਂ ਖੋਲ੍ਹਿਆ ਹੋਇਆ ਇੰਜੀਨੀਅਰ ਕਾਲਜ ਜਿਹੜਾ ਭਿੱਖੀਵਿੰਡ ਸੀਗਾ, ਜਿੱਥੇ 2 ਸਾਲ ਤੋਂ ਕਲਾਸਾਂ ਚੱਲਦੀਆਂ ਸੀ ਮੇਰੀ ਸਰਕਾਰ ਦੇ ਸਮੇਂ, ਔਰ ਤੂੰ MLA ਬਣ ਗਿਆ ਅਤੇ ਉਸ ਇੰਜੀਨੀਅਰਿੰਗ ਕਾਲਜ ਨੂੰ ਤਾਲਾ ਵੱਜ ਗਿਆ। ਆਦਰਸ਼ ਸਕੂਲ ਬੰਦ ਕਰਤਾ, ਮਾਡਲ ਸਕੂਲ ਬੰਦ ਕਰਤਾ, RO ਬੰਦ ਕਰਤੇ, ਸੇਵਾ ਕੇਂਦਰ ਬੰਦ ਕਰਤੇ। ਔਰ ਮੈਂ ਇੱਕ ਬੜੇ
ਤਰੱਦ ਤੋਂ ਬਾਅਦ, ਬੜੀ ਮਿਹਨਤ ਤੋਂ ਬਾਅਦ ਇੱਕ ਸਬ ਡਿਵੀਜ਼ਨ ਭਿੱਖੀਵਿੰਡ ਲੈ ਕੇ ਆਇਆ ਸੀ। ਤੂੰ ਆਪਦੇ ਲਾਲਚ ਦੇ ਕਾਰਨ ਉਸ ਸਬ ਡਿਵੀਜ਼ਨ ਦੇ ਪੈਰ ਹੀ ਨਹੀਂ ਲੱਗਣ ਦਿੱਤੇ। ਕਦੇ ਤੂੰ ਕਿਸੇ ਪਾਸੇ ਲੈ ਜਾਂਦਾ, ਕਦੇ ਤੂੰ ਕਿਸੇ ਪਾਸੇ ਲੈ ਜਾਂਦਾ ਆ, ਅਤੇ ਲਾਲਚ ਤੇਰਾ ਕੀ ਹੈ? ਤੂੰ ਆਪਦੀ ਜ਼ਮੀਨ ਜਿਹੜੀ ਹੈ ਸਸਤੀ ਹੈ ਉਹਨੂੰ ਸਰਕਾਰ ਨੂੰ ਮਹਿੰਗੇ ਭਾਅ ਕਰੋੜਾਂ ਰੁਪਈਏ ਦੀ ਵੇਚਣੀ ਚਾਹੁੰਦਾ ਹੈ ਅਤੇ ਕਰੋੜਾਂ ਰੁਪਈਏ ਕਮਾਉਣਾ ਚਾਹੁੰਦਾ। ਤਾਂ ਸੋਚੀ ਤੇਰੇ ਸਾਰੇ ਕਾਂਗਰਸੀ ਆਗੂ ਮੈਨੂੰ ਮਿਲਦੇ ਆ, ਮੇਰੇ ਕੋਲ ਤਾਹਾਂ ਮਾਰਦੇ ਆ ਕਿ ਠੀਕ ਹੈ ਕਿ ਅਸੀਂ ਉਹਦੇ ਨਾਲ ਸੀ, ਡਟ ਕੇ ਖੜੋਤੇ ਸੀ, ਪਰ ਤੇਰੀਆਂ ਕਰਤੂਤਾਂ ਤੋਂ ਰੋਂਦੇ। ਔਰ ਤੂੰ ਗੱਲਾਂ ਕਰਦਾ, ਤੁਹਾਡੀ ਤਾਂ ਅੱਜ ਵੀ ਤੇਰੇ ਪਰਿਵਾਰ ਦੀ, ਤੇਰੀ ਅੱਜ ਵੀ ਉਹ ਆਡੀਓ ਜਿਹੜੀ ਰਿਕਾਰਡਿੰਗ ਹੈ ਫੋਨ ਦੀ, ਜਿਹਦੇ ਵਿੱਚ ਤੁਸੀਂ ਪੈਨਸ਼ਨਾਂ ਦਾ ਸੌਦਾ ਕਰਦੇ ਜੇ, ਪੈਸੇ ਲੈਂਦੇ ਜੇ, ਉਹ ਅੱਜ ਵੀ ਸੋਸ਼ਲ ਮੀਡੀਆ 'ਚ ਤੁਰੀ ਫਿਰਦੀ ਹੈ। ਗਰੀਬਾਂ ਦੀ ਕਣਕ ਤੁਸੀਂ ਖਾ ਗਏ, ਛੱਡਿਆ ਕੀ ਜੇ? ਕੋਈ ਛੱਡਿਆ? ਰੇਤਾ ਦਾ ਕਾਰੋਬਾਰ ਤੇਰਾ ਅਤੇ ਤੇਰੇ ਸਾਲੇ ਦਾ, ਮੈਂ ਨਹੀਂ, ਪੰਜਾਬ ਦਾ ਮੀਡੀਆ ਬੋਲਦਾ ਹੈ, ਹਲਕੇ ਦੇ ਲੋਕ ਬੋਲਦੇ ਆ, ਕਾਂਗਰਸੀ ਆਗੂ ਕਹਿੰਦੇ ਆ ਕਿ ਰੇਤਾ ਦਾ ਕਾਰੋਬਾਰ ਸੁਖਪਾਲ ਭੁੱਲਰ ਨਜਾਇਜ਼ ਮਾਈਨਿੰਗ ਵੱਡੇ ਪੱਧਰ ਤੇ ਕਰ ਰਿਹਾ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕੁਛ ਦਿਨ ਪਹਿਲੋਂ ਇੱਕ ਵੀਡੀਓ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦੇ ਵਿੱਚ ਤਰਨ ਤਾਰਨ ਜਿਹੜੀ ਹੋਈ, ਉਹਦੇ ਚ ਵਿਰਸਾ ਸਿੰਘ ਵਲਟੋਏ ਨੇ ਇੱਕ ਬਿਆਨ ਉੱਥੇ ਜਾਰੀ ਕੀਤਾ, ਜਿਹੜਾ ਸਾਬਕਾ ਐਮ ਐਲ ਏ ਆ ਇੱਥੋਂ ਵਲਟੋਏ ਤੋਂ, ਵੀ ਜਿਹੜੀਆਂ ਕੁੰਡੀ ਤੇ ਬਿਜਲੀ ਚੋਰੀ ਨੂੰ ਲੈ ਕੇ ਵੀ ਇਹ ਬਾਦਲ ਸਾਹਿਬ ਔਰ ਅਕਾਲੀ ਦਲ ਔਰ ਮੇਰੇ ਨਾਲ ਜਿਹੜੀਆਂ ਕੁੰਡੀਆਂ ਜੋੜੋ ਤੇ ਤੁਸੀਂ ਜਿਹੜਾ ਇਹ ਲੁੱਟ ਖੁੱਟ ਦਾ ਕੰਮ ਹੈ ਤੁਸੀਂ ਆਰਾਮ ਨਾਲ ਤੁਸੀਂ ਆਪਦਾ ਕਰ ਸਕਦੇ ਜੇ। ਔਰ ਉਹ ਤੋਂ ਬਾਅਦ ਮਹਿਕਮੇ ਨੇ ਇਹਨੂੰ ਸੰਗੀਤ ਨਾਲ ਲੈ ਕੇ ਤੇ ਇਹਦੀ ਜਦੋਂ ਘਰ ਪਰਸੋਂ ਜਿਹੜੀ ਰੇਡ ਕੀਤੀ ਔਰ ਉੱਥੇ ਪਾਇਆ ਗਿਆ ਵੀ 2018 ਤੋਂ ਲੈ ਕੇ ਆ 20 ਤੱਕ ਤਿੰਨਾਂ ਸਾਲਾਂ ਦੇ ਵਿੱਚ ਜਿਹੜੀ ਇਹਦੀ ਮੀਟਰ ਦੀ ਰੀਡਿੰਗ ਹੈ ਉਹ ਜ਼ੀਰੋ ਆ, ਇੱਕ ਵੀ ਯੂਨਿਟ ਜਿਹੜਾ ਵਾ ਉਹ ਬੱਤੀ ਦਾ ਨਹੀਂ ਬਲਿਆ। ਔਰ ਉਸ ਤੋਂ ਬਾਅਦ ਇਹਨੇ ਇਲਜ਼ਾਮ ਲਾਇਆ ਵੀ ਇਹ ਜਿਹੜਾ ਹਲਕਾ ਐਮ ਐਲ ਏ ਆ ਮੇਰੇ ਉੱਪਰ ਵੀ ਉਹਨੇ ਇੱਕ ਸਿਆਸੀ ਜਿਹੜੀ ਆ ਉਹ ਰੰਜਿਸ਼ ਦੇ ਤਹਿਤ ਜਿਹੜਾ ਇਹ ਕੰਮ ਕੀਤਾ। ਤੋ ਮੈਂ ਤਾਂ ਇਹ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਵੀ ਇਹ ਇਹਦੀਆਂ ਜਿਹੜੀ ਉਹ ਵੀਡੀਓ ਜਿਹੜੀ ਵਾਇਰਲ ਹੋਈ ਜਿੱਥੇ ਖੁਦ ਕਹਿ ਰਿਹਾ ਵੀ ਤੁਸੀਂ ਲੁੱਟ ਖਸੁੱਟ ਜਿਹੜੀ ਕਰੋ, ਬਿਜਲੀ ਚੋਰੀ ਕਰੋ, ਜਿਹੜਾ ਕੋਈ ਬਿਜਲੀ ਵਾਲਾ ਅਫਸਰ ਆਉਂਦਾ ਉਹਨੂੰ ਕੁੱਟੋ ਮਾਰੋ, ਉਹਨੂੰ ਭਜਾ ਦਿਓ, ਅਤੇ ਸਾਡੇ ਰਾਜ ਦੇ ਵਿੱਚ ਜਿਹੜਾ ਇੱਕ ਜੰਗਲ ਰਾਜ ਜਿਹੜਾ ਵਾ ਉਹਨੂੰ ਤੁਸੀਂ ਜਿਹੜੀ ਆ ਆਪਦਾ ਇੱਕ ਮਾਡਲ ਜਿਹੜਾ ਉਹ ਇਹਨੇ ਦਰਸਾਇਆ। ਔਰ ਮੈਂ ਇਹ ਗੱਲ ਦੱਸਣਾ ਚਾਹੁੰਦਾ ਵੀ ਅਸੀਂ ਹਮੇਸ਼ਾ ਹੀ ਜਿਹੜਾ ਵਾ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ, ਲਾਅ ਐਂਡ ਆਰਡਰ ਤੋਂ ਉੱਤੇ ਕੋਈ ਚੀਜ਼ ਨਹੀਂ ਹੈਗੀ, ਉਹਦੇ ਦਾਇਰੇ 'ਚ ਰਹਿ ਕੇ ਹਰ ਕੰਮ ਜਿਹੜਾ ਵਾ ਉਹ ਕਰਨਾ ਚਾਹੀਦਾ ਔਰ ਹੋਣਾ ਚਾਹੀਦਾ, ਔਰ ਉਹਦੇ 'ਚ ਆਮ ਬੰਦੇ ਦੀ ਜਿਹੜੀ ਆ ਉਹ ਤਾਂ ਹੀ ਉਹ ਸੁਰੱਖਿਅਤ ਸਮਝਦਾ। ਔਰ ਇਹ ਮੇਰੇ 'ਤੇ ਇਲਜ਼ਾਮ ਲਾ ਰਿਹਾ ਅਤੇ ਮੈਂ ਇਹ ਲੋਕਾਂ ਦੇ ਸਾਹਮਣੇ ਇੱਕ ਦੋ ਗੱਲਾਂ ਅੱਜ ਮੈਂ ਲੈ ਕੇ ਆਉਣਾ ਚਾਹੁੰਦੀ ਹਾਂ ਜਿਹੜੀਆਂ ਪੁਰਾਣੇ ਟਾਈਮ ਦੀਆਂ ਜਿਹੜੀਆਂ ਬੀਤੀਆਂ ਜਿਹੜੀਆਂ ਗੱਲਾਂ ਵਾ। ਜਦੋਂ ਦੇਖੋ ਅੱਤਵਾਦ ਦਾ ਦੌਰ ਆਇਆ ਅਤੇ ਇਹੋ ਜਿਹੇ ਬੰਦਿਆਂ ਨੇ ਉਹਦੇ ਵਿੱਚ ਬਲਦੀ ਦੇ ਵਿੱਚ ਤੇਲ ਪਾਉਣ ਦਾ ਕੰਮ ਕੀਤਾ, ਔਰ ਜਦੋਂ ਕੋਈ ਇਹਨਾਂ ਦੀਆਂ ਗੱਲਾਂ ਸੀ ਆਪ ਇਹ ਭੱਜ ਜਾਂਦੇ ਰਹੇ, ਪਿੱਛੇ ਹੁੰਦੇ ਰਹੇ, ਔਰ ਜਿਹੜੇ ਸਾਡੇ ਨੌਜਵਾਨ ਬੱਚੇ ਸੀ ਜਾਂ ਸਾਡੇ ਇਲਾਕੇ ਦਾ ਜੋ ਇੱਥੋਂ ਏਰੀਆ ਦਾ ਨੁਕਸਾਨ ਹੋਇਆ ਉਹ ਜਿਹੜੇ ਇੱਥੇ ਰਹਿੰਦੇ ਉਹਨਾਂ ਨੂੰ ਵੀ ਪਤਾ ਵਾ, ਔਰ ਸ਼ਬਦਾਂ ਦੇ ਵਿੱਚ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜਾ ਅੱਤਵਾਦ ਦਾ ਕਾਲਾ ਦੌਰ ਸੀ ਉਹ ਕਿਹੜਾ ਸੰਤਾਪ ਜਿਹੜਾ ਵਾ ਅਸੀਂ ਭੋਗਿਆ। ਔਰ ਉਸੇ ਤਹਿਤ ਹੀ ਇੱਕ ਪਿੱਛੇ ਜੇ ਵੀ ਜ਼ਿਕਰ ਚੱਲਿਆ ਇਹਦੇ ਉੱਤੇ 346 ਨੰਬਰ ਇੱਕ 302 ਦੀ ਐਫ ਆਈ ਆਰ ਦਰਜ ਹੋਈ ਜਿਹਦੇ ਵਿੱਚ ਇਹਨਾਂ ਹਿੰਦੂ ਡਾਕਟਰ ਜਿਹੜਾ ਡਾਕਟਰ ਤਰੇਨ ਉਹਦਾ ਕਤਲ ਇਹਨੇ ਕੀਤਾ, ਔਰ ਉਹਦੇ ਨਾਲ ਹੀ ਉਹਨਾਂ ਦਿਨਾਂ ਦੇ ਵਿੱਚ ਹੋਰ ਇੱਕ ਐਫ ਆਈ ਆਰ ਦਰਜ ਹੋਈ ਸੀ ਜਿੱਥੇ ਰੇਲਵੇ ਪੁਲਿਸ ਵੱਲੋਂ ਉੱਥੇ ਵੀ ਇਹਨੇ 302 ਦਾ ਉੱਥੇ ਵੀ ਇਹਨੇ ਬੰਦੇ ਮਾਰੇ ਸੀ, ਔਰ ਇੱਕ ਜਿਹੜੀ ਭਿੱਖੀਵਿੰਡ ਜਿਹੜਾ ਅਮਰਕੋਟ ਜਿਹੜਾ ਅੱਡੇ ਦੇ ਵਿੱਚ ਸਭ ਤੋਂ ਪਹਿਲਾਂ ਕਤਲੇਆਮ ਹੋਇਆ ਸੀ ਜਿੱਥੇ ਇਹਨੇ ਜਿਹੜੇ ਸੁਨਿਆਰੇ ਜਿਹੜੇ ਹਿੰਦੂ ਸੀਗੇ ਬੱਸ 'ਚੋਂ ਲਾਹ ਕੇ ਗੁੱਟ ਉਹਨਾਂ ਦੇ ਵੱਢ ਕੇ ਅਤੇ ਉਹਨਾਂ ਦੀਆਂ ਸੋਨੇ ਦੇ ਕੜੇ ਅਤੇ ਮੁੰਦਰਾਂ ਲਾਹ ਕੇ ਭੱਜਾ ਸੀ। ਇਹ ਸਾਰੀਆਂ ਗੱਲਾਂ ਇੱਥੇ ਇਹ ਦਰਜ ਆ ਲੋਕਾਂ ਦੇ ਮਨਾਂ ਦੇ ਵਿੱਚ ਵੀ ਉਸ ਟਾਈਮ ਦੇ ਵਿੱਚ ਇਹ ਬੰਦੇ ਦਾ ਕੀ ਕਰੈਕਟਰ ਆ। ਔਰ ਉਹਦੇ ਵਿੱਚ ਜਦੋਂ ਉਹਦੀ ਤਫਤੀਸ਼ ਚੱਲੀ, ਕੋਰਟ ਨੇ ਲਿਖ ਕੇ ਡੀ ਸੀ ਨੂੰ ਭੇਜਿਆ, ਡੀ ਸੀ ਨੇ ਪਟਵਾਰੀ ਨੂੰ ਵੀ ਇਹ ਬੰਦੇ ਨੂੰ ਤਲਬ ਕਰੋ, ਪੀ ਓ ਹੋ ਗਿਆ। ਔਰ ਉਹ ਮੈਂ ਦਸਤਾਵੇਜ਼ ਤੁਹਾਨੂੰ ਉਦੋਂ ਦੇ ਤੁਹਾਨੂੰ ਦਿਖਾਉਣਾ ਚਾਹੁੰਦਾ, ਆਹ ਦੇਖੋ ਤੁਹਾਡੀ ਇਹ 11/9/99 ਦੀ ਰਿਪੋਰਟ ਆ ਪਟਵਾਰੀ ਵਲਟੋਏ ਦੀ, ਇਹ 'ਚ ਲਿਖਿਆ ਵਾ ਇਸ ਪਟਵਾਰੀ ਦੀ ਰਿਪੋਰਟ ਜਿਹੜੀ ਆ ਵੀ ਵਿਰਸਾ ਸਿੰਘ ਪੁੱਤਰ ਜਿਹੜਾ ਸੋਹਣ ਸਿੰਘ ਆ ਵਾਸੀ ਵਲਟੋਆ ਤਹਿਸੀਲ ਪੱਟੀ ਮਾਲਕ, ਜ਼ਮੀਨ ਕੋਈ ਨਹੀਂ ਹੈ ਅਤੇ ਨਾ ਹੀ ਇਸ ਦੀ ਕੋਈ ਚੱਲ ਜਾਂ ਅਚੱਲ ਜਾਇਦਾਦ ਹੈ। ਇੱਥੋਂ ਪਤਾ ਲੱਗਦਾ ਵੀ ਇਹ ਵਿਰਸਾ ਸਿੰਘ ਵਲਟੋਏ ਦੀ 89 ਦੇ ਵਿੱਚ 90 ਦੇ ਵਿੱਚ ਇਹਦੇ ਸਿਆਸਤ ਆਉਣ ਤੋਂ ਪਹਿਲਾਂ ਇੱਕ ਵੀ ਮਰਲਾ ਇਹਦੀ ਜ਼ਮੀਨ ਇਹਦੇ ਨਾਂ ਤੇ ਇਹਦੇ ਪਿੰਡ 'ਚ ਨਹੀਂ ਹੈਗੀ।
ਕੱਖ ਵੀ ਇਹਦੇ ਕੋਲ ਪਿੰਡ ਦੇ ਵਿੱਚ ਨਹੀਂ ਸੀ ਹੈਗਾ, ਕਿਸੇ ਵੀ ਇੱਕ ਮਰਲੇ ਦਾ ਮਾਲਕ ਨਹੀਂ ਸੀ। ਔਰ ਅੱਜ ਆਹ ਜਿਹੜੀ ਆਹ ਇਹਦੀ ਜਿਹੜੀ ਹੈਗੀ ਆ ਪਿੰਡ ਦੀ ਮਾਲਕੀ ਆ, ਅੱਜ ਵੀ ਇਹਦੀ ਜਿਹੜੀ ਆ ਆਹ 17 ਕਿੱਲੇ 17 ਕਨਾਲ ਤੇ ਆਹ ਇਹਦੀ ਜਿਹੜੀ ਆ ਇਹ ਇਹਦੀ ਮਾਲਕੀ ਜਿਹੜੀ ਆ ਉਹ ਆ, ਠੀਕ ਆ। ਔਰ ਜਿਹੜੀ ਅੰਮ੍ਰਿਤਸਰ ਦੇ ਵਿੱਚ ਇਹਦੀ 745 ਨੰਬਰ ਜਿਹੜੀ ਇਹਦੀ ਕੋਠੀ ਡੀ ਬਲਾਕ ਦੇ ਵਿੱਚ ਜਿਹੜੀ 1 ਕਨਾਲ ਦੀ ਤਕਰੀਬਨ ਉਦੋਂ ਵੀ ਵੱਡੀ ਆ ਸ਼ਾਇਦ, ਕਰੋੜਾਂ ਰੁਪਈਆਂ ਦੀ ਉਹ ਪ੍ਰੋਪਰਟੀ ਬਣਾਈ, ਕਰੋੜਾਂ ਰੁਪਈਆਂ ਦੀ ਕਬੀਰ ਪਾਰਕ ਵਿੱਚ ਪ੍ਰੋਪਰਟੀ ਬਣਾਈ। ਔਰ ਮੇਰੇ ਕਹਿਣ ਦਾ ਮਤਲਬ ਵੀ ਪੈਸਾ ਸਾਰਾ ਕਿੱਥੋਂ ਆਇਆ? ਪਿਛਲੇ 10 ਸਾਲਾਂ 'ਚ ਜਿਹੜੇ ਸਾਡੇ ਨੌਜਵਾਨ ਬੱਚੇ ਜਿਹੜੇ ਨਸ਼ੇ ਦੇ ਕਾਰਨ ਸਾਡੇ ਮੌਤ ਦੀ ਸੂਲੀ ਚੜਿਆ, ਉਹਦੇ ਵਿੱਚ ਇਹ ਬੰਦੇ ਦਾ ਹੱਥ ਆ। ਇਹਨੇ ਉਦੋਂ ਵੀ ਬਲਦੀ ਦਾ ਤੇਲ, ਅੱਤਵਾਦ ਦੇ ਵਿੱਚ ਵੀ ਇਹਨੇ ਬਲਦੀ ਦਾ ਤੇਲ ਪਾਇਆ, ਜਦੋਂ ਸਰਕਾਰ ਦੇ ਵਿੱਚ ਆਇਆ ਉੱਥੇ ਇਹਨੇ ਨੁਮਾਇੰਦਗੀ ਕੀਤੀ, ਔਰ ਉੱਥੇ ਵੀ ਇਹਨੇ ਜਿਹੜਾ ਵਾ ਬਲਦੀ ਦਾ ਤੇਲ ਪਾ ਕੇ ਤੇ ਨਸ਼ੇ ਦਾ ਜਿਹੜਾ ਵਪਾਰ ਆ ਘਰ ਘਰ ਦੇ ਵਿੱਚ ਵਾੜਿਆ, ਔਰ ਆਪਦੀਆਂ ਜਿਹੜੀਆਂ ਜ਼ਮੀਨ ਜਾਇਦਾਦਾਂ ਇਹਨੇ ਉਹ ਬਣਾਈਆਂ। ਔਰ ਉਹਦੇ ਨਾਲ ਮੈਂ ਇਹ ਵੀ ਗੱਲ ਤੁਹਾਡੇ ਸਾਰਿਆਂ ਦੇ ਧਿਆਨ ਦੇ ਵਿੱਚ ਲਾਉਣਾ ਚਾਹੁੰਦਾ ਵੀ ਜਦੋਂ ਇਹ ਦਰਬਾਰ ਸਾਹਿਬ ਦੇ ਵਿੱਚ ਜਦੋਂ ਉੱਥੇ ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਜਿਹਦੇ ਵਿੱਚ ਇਹ ਮੋਹਰੀ ਸੀਗਾ ਵਿਰਸਾ ਸਿੰਘ ਬਲਟੋਆ, ਇਹਨਾਂ ਨੇ ਉੱਥੇ ਅਰਦਾਸਾਂ ਕੀਤੀਆਂ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਵੀ ਇੱਥੋਂ ਅਸੀਂ ਸਾਡੀਆਂ ਲਾਸ਼ਾਂ ਹੀ ਸਾਡੀਆਂ ਨਿਕਲਣਗੀਆਂ, ਅਸੀਂ ਜਿਹੜਾ ਵਾ ਇੱਥੋਂ ਜੋ ਮਰਜ਼ੀ ਹੋ ਜਾਏ ਅਸੀਂ ਇੱਥੋਂ ਨਹੀਂ ਲੈਣਾ। ਔਰ ਤੁਸੀਂ ਸਾਰਿਆਂ ਨੇ ਜਿੰਨੇ ਵੀ ਮੇਰੇ ਸਾਥੀ ਮੇਰੇ ਭਰਾ ਜਿਹੜੇ ਆ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਆ, ਉਹਨਾਂ ਸਾਰਿਆਂ ਵੇਖੀਆਂ ਵੀ ਇਹੋ ਹੀ ਵਿਰਸਾ ਸਿੰਘ ਬਲਟੋਆ ਜਿਨ੍ਹਾਂ ਮਰਜ਼ੀ ਉੜਿਆਂ ਦੀ ਅਰਦਾਸਾਂ ਕੀਤੀਆਂ ਸੀ ਉਹ ਖੁਦ ਜਿਹੜੇ ਬਾਹਾਂ ਖੜੀਆਂ ਕਰਕੇ ਉੱਥੋਂ ਦਰਬਾਰ ਸਾਹਿਬ ਦੇ ਵਿੱਚੋਂ ਨਿਕਲੇ ਆ। ਸਾਰੇ ਜਦੋਂ ਵੀ ਆਹ ਜੂਨ ਦਾ ਮਹੀਨਾ ਆਉਂਦਾ ਵਾ ਇਹੋ ਜਿਹੀਆਂ ਪਿਕਚਰਾਂ ਜਿਹੜੀਆਂ ਵਾ ਸੋਸ਼ਲ ਮੀਡੀਆ ਤੇ ਆਉਂਦੀਆਂ ਰਹਿੰਦੀਆਂ। ਸੋ ਮੇਰੇ ਕਹਿਣ ਤੋਂ ਭਾਵ ਵੀ ਜਿਹੜਾ ਜਿਹਨੇ ਗੁਰੂ ਘਰ ਜਾ ਕੇ ਸਹੁੰ ਖਾ ਕੇ ਲੋਕਾਂ ਦੇ ਸਾਹਮਣੇ ਜਿਹਨੂੰ ਪਤਾ ਉਹਦਾ ਨਹੀਂ ਹੋ ਸਕਿਆ, ਸੋ ਇਹੋ ਜਿਹੇ ਬੰਦੇ ਦੀ ਗੱਲ ਦੇ ਉੱਤੇ ਜਿਹੜਾ ਵਾ ਕੀ ਵਿਸ਼ਵਾਸ ਕੀਤਾ ਜਾ ਸਕਦਾ ਔਰ ਕਿੰਨੀ ਕੁ ਉਸ ਬੰਦੇ ਦੀ ਗੱਲ ਦੇ ਉੱਤੇ ਸੱਚਾਈ ਆ। ਸੋ ਮੈਂ ਇਸ ਬੰਦੇ ਦੀ ਜਿਹੜੀ ਪਿਛਲੇ 30-32 ਸਾਲ ਦੀ ਜਿਹੜਾ ਇਹਦਾ ਜੀਵਨ ਸੀ ਉਹਦੇ ਉੱਤੇ ਮੈਂ ਇਹ ਗੱਲ ਜਿਹੜੀ ਆ ਇਹ ਰੱਖਣਾ ਚਾਹੁੰਦਾ ਹਾਂ ਵੀ ਇਹਦਾ ਕਰੈਕਟਰ ਬੰਦੇ ਦਾ ਕੀ ਆ, ਇਹ ਕਿੱਥੋਂ ਬੰਦਾ ਤੁਰਿਆ ਵਾ ਔਰ ਇਹਨੇ ਇਲਾਕੇ ਨੂੰ ਸਮਾਜ ਨੂੰ ਇਹਨੇ ਕੀ ਦੇਣ ਇਹਨੇ ਦਿੱਤੀ ਆ ਵੀ ਜਦੋਂ ਅੱਤਵਾਦ ਦਾ ਦੌਰ ਆਇਆ ਉਦੋਂ ਇਹਦਾ ਕੀ ਰੋਲ ਰਿਹਾ, ਔਰ ਜੇ ਸਰਕਾਰ ਦੇ ਵਿੱਚ ਆਇਆ ਤੇ ਉੱਥੇ ਇਹਨੇ ਜਿਹੜਾ ਵਾ ਕੀ ਇਹਨੇ ਭੂਮਿਕਾ ਨਿਭਾਈ ਆ।